ਆਗਦਾ ਤੁਹਾਡਾ ਇਸ ਵੀਡੀਓ ਦੇ ਵਿੱਚ ਸਕਰੀਨ ਦੇ ਉੱਤੇ ਤੁਸੀਂ ਇੱਕ ਨੋਟਿਸ ਵੇਖ 파 ਰਹੇ ਹੋ ਜੀ ਜਿਹੜਾ ਕਿ ਸਿੱਖਿਆ ਭਰਤੀ ਵਿਭਾਗ ਵੱਲੋਂ ਅੱਜ ਦੀ ਡੇਟ ਵਿੱਚ ਜਿਹੜਾ ਜਾਰੀ ਕੀਤਾ ਗਿਆ ਜੀ 31 12 2022 ਦੀ ਡੇਟ ਜਿਹੜੀ ਆਪਾਂ ਦੇਖ ਸਕਦੇ ਹੋ ਸੋ ਕਿਸ ਰਿਗਾਰਡਿੰਗ ਨੋਟਿਸ ਹੈ ਜੀ ਤੁਸੀਂ ਇੱਥੇ ਦੇਖ ਸਕਦੇ ਹੋ 343 ਲੈਕਚਰਰਾਂ ਦੀਆਂ ਜਿਹੜੀਆਂ ਅਸਾਮੀਆਂ ਦੀ ਰਿਕਰੂਟਮੈਂਟ ਫਨੀ ਚੱਲਦੀ ਫਈ ਹੈ ਸੋ ਇਹ ਚ ਜਿਹੜਾ ਅੱਗੇ ਲਿਖਿਆ ਹੋਇਆ ਹੈ ਕਿ 16 12 21 ਨੂੰ ਜਿਹੜਾ ਇੱਕ ਐਲਾਨ ਕੱਢਿਆ ਗਿਆ ਸੀ ਸੋ ਅਗਲੀ ਗੱਲ ਕਰਦੇ ਹਾਂ ਜੀ ਉਮੀਦਵਾਰਾਂ ਨੂੰ ਇੱਥੇ ਸੂਚਿਤ ਕੀਤਾ ਗਿਆ ਹੈ ਕਿ ਜਿਹੜਾ ਅਸਾਮੀਆਂ ਲਈ ਲਿਖਤੀ ਟੈ 19/3/2023 ਅਤੇ 26/3/2023 ਨੂੰ ਜਿਹੜਾ ਵਿਭਾਗ ਵੱਲੋਂ ਲਿਆ ਜਾਏਗਾ ਜਿਹੜਾ ਲਿਖਤੀ ਟੈਸਟ ਲੈਣ ਲਈ ਪ੍ਰੀਖਿਆ ਕੇਂਦਰ ਹੋਏਗਾ ਵੈਨਿਊ ਹੋਏਗਾ ਡੈਸ਼ ਸ਼ੀਟ ਅਦਰ ਰੋਲ ਨੰਬਰ ਜਾਰੀ ਕਰਨ ਲਈ ਜਿਹੜੇ ਦਿਸ਼ਾ ਨਿਰਦੇਸ਼ ਹੈ ਉਹ ਆਦ ਵਿੱਚ ਦਿੱਤੇ ਜਾਣਗੇ ਤੇ ਬਾਕੀ ਜਿਹੜੇ ਸ਼ਰਤਾਂ ਜੜੀਆਂ ਨੇ ਉਹ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਸਹਾਇਕ ਡਾਇਰੈਕਟਰ ਸਾਹਿਬ ਦੇ ਸਿਗਨੇਚਰ ਤੁਸੀਂ ਲੈ ਸਕਦੇ ਹੋ ਜੀ ਸੋ ਜਿਹੜੀਆਂ 343 ਲੈਕਚਰਾਰਾਂ ਦੀਆਂ ਅਸਾਮੀਆਂ ਨੇ ਜੀ ਸੇ ਨੂੰ ਫਰੰ ਲਈ ਲਿਖਤੀ ਟੈਸਟ ਲਿਆ ਜਾਣਾ ਹੈ 19/3/23 ਤੇ 26/3/23 ਨੂੰ ਤੇ ਬਾਕੀ ਜਦੋਂ ਤੁਹਾਡਾ ਰੋਲ ਨੰਬਰ ਜਾਰੀ ਹੋਏਗਾ ਵਿਭਾਗ ਵੱਲੋਂ ਜਦੋਂ ਇਹਦੀ ਕੋਈ ਅਪਡੇਟ ਆਏਗੀ ਤੇ ਉਹਦੇ ਵਿੱਚ ਤੁਹਾਨੂੰ ਸਾਰੀਆਂ ਡਿਟੇਲ ਜੜੀਆਂ ਮਿਲ ਜਾਣਗੀਆਂ ਜੀ ਸੋ ਇਹ ਜਾਣਕਾਰੀ ਜਿਹੜੀ ਹੈ ਵਿਭਾਗ ਵੱਲੋਂ ਇਸ ਨੋਟਿਸ ਵਿੱਚ ਦਿੱਤੀ ਗਈ ਹੈ ਤੇ ਬਾਕੀ ਹੋਰ ਅਪਡੇਟਸ ਲਈ ਤੁਸੀਂ ਜੜੇ ਰਹੋ ਰੈਗੂਲਰ ਤੌਰ ਤੇ ਤੁਹਾਨੂੰ ਇਸ ਵਰਤੀ ਜਿਹੜੀ ਅਪਡੇਟਸ ਤੁਹਾਨੂੰ ਦਿੰਦੇ ਰਵਾਂਗੇ ਸੋ ਚੈਨਲ ਵੱਤ ਨੂੰ ਸਬਸਕ੍ਰਾਈਬ ਕਰ ਲਓ ਜੀ ਟੈਲੀਗ੍ਰਾਮ ਗਰੁੱਪ ਉੱਪਰ ਜਰੂਰ ਜੁਆਇਨ ਕਰ ਲਓ ਉੱਥੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਥੈਂਕ ਯੂ ਵੀਡੀਓ ਨੂੰ ਦੇਖਣ ਦੇ ਲਈ